ਸੰਸਾਰ ਦਾ 14ਵਾਂ ਸਾਖੀ ਸਾਹਿਤ ਭਾਗ 10ਵਾਂ ਆਪ ਦੇ ਸਨਮੁੱਖ ਹਾਜ਼ਰ ਕਰਨ ਲੱਗਿਆ ਹਾਂ। ਇਹ ਸਿੱਖਿਆਦਾਇਕ ਸਾਖੀ ਹੈ ਅਸਲੀ ਤਿਆਗ। ਪਿਛਲੇ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਗੱਡੇ, ਘੋੜੇ, ਊਠ ਅਤੇ ਖੱਚਰ ਆਦਿ ਹੀ ਹੋਇਆ ਕਰਦੇ ਸਨ। ਸਮਾਨ ਲੈ ਕੇ ਜਾਣ ਵਾਸਤੇ ਅਜਿਹੇ ਢੰਗਾਂ ਦੀ ਵਰਤੋਂ ਹੀ ਕੀਤੀ ਜਾਂਦੀ ਸੀ। ਆਪਣੇ ਸਮਾਨ ਅਤੇ ਪਸ਼ੂਆਂ ਨੂੰ ਖੋਹੇ ਲੁੱਟੇ ਜਾਣ ਤੋਂ ਬਚਾਉਣ ਵਾਸਤੇ ਲੋਕ ਕਾਫਲੇ ਬਣਾ ਕੇ ਸਫ਼ਰ ਕਰਿਆ ਕਰਦੇ ਸਨ। ਭਾਈ ਸਵਾਇਆ ਸਿੰਘ ਅਤੇ ਉਹਨਾਂ ਦੇ ਸਾਥੀ ਸੇਵਕ ਸਿੱਖ ਗੁਰਪੁਰਬਾਂ ਵਾਲੇ ਦਿਨ, ਤਿਉਹਾਰਾਂ ਸਮੇਂ ਅਤੇ ਵੱਡੇ ਜੋੜ ਮੇਲਿਆਂ 'ਤੇ ਜਾ ਕੇ ਸੰਗਤਾਂ ਲਈ ਲੰਗਰ ਤਿਆਰ ਕਰਦੇ ਅਤੇ ਜਲ ਛਕਾਉਂਦੇ ਸਨ। ਸ਼ਰਧਾਲੂ ਲੋਕ ਇਹਨਾਂ ਨੂੰ ਪੈਸਾ, ਕੱਪੜਾ ਅਤੇ ਅੰਨਦਾਣਾ ਵੀ ਕਾਫੀ ਦਿੰਦੇ ਰਹਿੰਦੇ ਸਨ। ਗੁਰੂ ਨਾਨਕ ਸਾਹਿਬ ਦੇ ਜੋੜ ਮੇਲੇ 'ਤੇ ਨਨਕਾਣੇ ਤੋਂ ਵਾਪਸ ਆਉਂਦਿਆਂ ਇਸ ਜਥੇ ਨੂੰ ਲਾਹੌਰ ਦੇ ਨੇੜੇ ਸ਼ਾਮ ਪੈ ਗਈ। ਇਹਨਾਂ ਨੇ ਬਾਹਰ ਖੁੱਲ੍ਹੇ ਥਾਂ ਸਫਾਈ ਕਰਕੇ ਆਪਣੇ ਗੱਡੇ ਰੋਕ ਦਿੱਤੇ। ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕਰਕੇ ਜਿੱਥੇ ਕਿਤੇ ਥਾਂ ਮਿਲਿਆ ਉੱਥੇ ਸੌਂ ਗਏ। ਕੁਝ ਸਾਧ ਸਿੱਖ ਹਾਲੀ ਸੁੱਤੇ ਹੋਏ ਸਨ, ਕਈ ਸਾਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਚਲੇ ਗਏ। ਮੌਕਾ ਤਾੜ ਕੇ ਇਸ ਸਮੇਂ ਇੱਕ ਚੋਰਾਂ ਦਾ ਗਰੋਹ ਆ ਪਿਆ। ਜੋ ਜੋ ਸਮਾਨ ਸਾਂਭਿਆ ਹੋਇਆ ਸੀ ਉਹਨਾਂ ਦੇ ਤਾਲੇ ਤੋੜਨ ਲੱਗ ਪਏ। ਭਾਈ ਸਵਾਇਆ ਸਿੰਘ ਹੁਣ ਤੱਕ ਸਾਰਾ ਕੁਝ ਵੇਖਦੇ ਰਹੇ ਸਨ। ਤਾਲੇ ਤੋੜਦਿਆਂ ਨੂੰ ਸਹਿਜ ਭਾ ਨਿਮਰਤਾ ਨਾਲ ਆਖਣ ਲੱਗੇ, ਪਿਆਰੇ ਭਰਾਵੋ, ਤਾਲੇ ਤੋੜਨ ਦਾ ਕਸ਼ਟ ਕਿਉਂ ਕਰਦੇ ਹੋ? ਤੁਹਾਡੇ ਸੱਟ ਫੇਟ ਲੱਗ ਜਾਵੇਗੀ, ਸਾਡੇ ਟਰੰਕ ਅਤੇ ਤਾਲੇ ਖਰਾਬ ਹੋ ਜਾਣਗੇ। ਚਾਬੀਆਂ ਮੇਰੇ ਕੋਲ ਹਨ, ਆਹ ਲਓ ਚਾਬੀਆਂ, ਜੋ ਤੁਹਾਨੂੰ ਚਾਹੀਦਾ ਉਹ ਲੈ ਕੇ ਜਾ ਸਕਦੇ ਹੋ। ਚੋਰਾਂ ਨੇ ਹੈਰਾਨ ਹੋ ਕੇ ਭਾਈ ਜੀ ਵੱਲ ਵੇਖਿਆ, ਚਾਬੀਆਂ ਲਈਆਂ, ਜ਼ਰੂਰੀ ਸਮਾਨ ਕੱਢ ਕੇ ਸੰਭਾਲਿਆ ਅਤੇ ਤਿੱਤਰ ਹੋ ਗਏ। ਹੌਲੀ ਹੌਲੀ ਬਾਕੀ ਸੁੱਤੇ ਹੋਏ ਸਾਥੀ ਵੀ ਉੱਠਦੇ ਗਏ, ਇਸ਼ਨਾਨ ਕਰਨ ਗਏ ਵੀ ਵਾਪਸ ਮੁੜ ਆਏ। ਸੂਰਜ ਦਾ ਚਾਨਣ ਫੈਲ ਗਿਆ। ਟਰੰਕਾਂ ਦੇ ਮਾਲਕ ਸਾਥੀਆਂ ਨੇ ਹੈਰਾਨ ਹੋ ਕੇ ਸਵਾਇਆ ਸਿੰਘ ਤੋਂ ਪੁੱਛਿਆ, ਭਾਅ ਜੀ, ਟਰੰਕਾਂ ਦੇ ਤਾਲੇ ਖੁੱਲ੍ਹੇ ਪਏ ਹਨ, ਵਿੱਚੋਂ ਪੈਸੇ ਗਾਇਬ ਹਨ, ਚੰਗੇ ਕੱਪੜੇ ਲੀੜੇ ਵੀ ਨਹੀਂ ਲੱਭਦੇ, ਕੀ ਮਾਜਰਾ ਹੈ? ਭਾਈ ਸਵਾਇਆ ਸਿੰਘ ਨੇ ਸਹਿਜ ਭਾਅ ਦੱਸਿਆ, ਪਿਆਰਿਓ, ਕੁਝ ਲੋੜਵੰਦ ਵਿਅਕਤੀ ਆਏ ਸਨ, ਜਿਨ੍ਹਾਂ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਸੀ ਉਹ ਲੈ ਗਏ ਹਨ, ਪਰੇਸ਼ਾਨ ਕਿਉਂ ਹੁੰਦੇ ਹੋ? ਉਹ ਸਾਰੇ ਸਮਝ ਗਏ ਕਿ ਮਾਲ ਚੋਰੀ ਹੋ ਗਿਆ ਹੈ। ਸਾਰੇ ਇਕੱਠੇ ਹੋ ਕੇ ਲਾਹੌਰ ਦੇ ਥਾਣੇ ਜਾ ਸ਼ਿਕਾਇਤ ਕੀਤੀ। ਸ਼ਾਮ ਤੱਕ ਨਸ ਭੱਜ ਕਰਕੇ ਪੁਲਿਸ ਵਾਲਿਆਂ ਨੇ ਚੋਰਾਂ ਨੂੰ ਪਕੜ ਲਿਆ। ਕੇਸ ਦਰਜ ਕਰਨ ਵਾਸਤੇ ਸ਼ਨਾਖਤ ਕਰਨੀ ਅਤੇ ਗਵਾਹੀ ਦੇਣੀ ਜ਼ਰੂਰੀ ਸੀ। ਥਾਣੇਦਾਰ ਨੇ ਭਾਈ ਸਵਾਇਆ ਸਿੰਘ ਨੂੰ ਬੁਲਾ ਲਿਆ, ਸਾਹਮਣੇ ਬਿਠਾਏ ਚਾਰ ਬੰਦਿਆਂ ਵੱਲ ਇਸ਼ਾਰਾ ਕਰਕੇ ਆਖਿਆ, ਬਾਬਾ ਜੀ, ਇਹ ਬੰਦੇ ਅਸੀਂ ਗ੍ਰਿਫਤਾਰ ਕਰ ਲਏ ਹਨ, ਤੁਸੀਂ ਪਛਾਣ ਕਰੋ, ਇਹਨਾਂ ਨੇ ਹੀ ਚੋਰੀ ਕੀਤੀ ਹੈ, ਤੁਸੀਂ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਵੇਖ ਲਿਆ ਸੀ ਨਾ? ਸਵਾਇਆ ਸਿੰਘ ਨੇ ਨਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ, ਨਾ ਭਾਈ, ਨਾ, ਇਹਨਾਂ ਵਿੱਚ ਤਾਂ ਕੋਈ ਚੋਰ ਨਹੀਂ ਹੈ, ਇਉਂ ਗਰੀਬ ਮਾਰ ਕਿਉਂ ਕਰਦੇ ਹੋ? ਥਾਣੇਦਾਰ ਬੜਾ ਹੈਰਾਨ ਹੋਇਆ, ਆਖਣ ਲੱਗਾ, ਬਾਬਾ ਜੀ, ਇਹ ਨਾਮੀ ਚੋਰ ਹਨ, ਪਹਿਲਾਂ ਵੀ ਕਈ ਵਾਰ ਅਸੀਂ ਇਹਨਾਂ ਦੀ ਗਿੱਦੜ ਕੁੱਟ ਕਰ ਚੁੱਕੇ ਹਾਂ, ਤੁਹਾਡੇ ਸਮਾਨ ਦੀ ਚੋਰੀ ਕਰਨੀ ਇਹ ਕਬੂਲ ਕਰ ਚੁੱਕੇ ਨੇ,
ਤੁਹਾਡਾ ਸਾਰਾ ਸਮਾਨ ਅਸੀਂ ਇਹਨਾਂ ਕੋਲੋਂ ਬਰਾਮਦ ਕਰ ਲਿਆ ਹੈ। ਤੁਸੀਂ ਆਖ ਰਹੇ ਹੋ ਇਹ ਚੋਰ ਨਹੀਂ ਹਨ। ਤੁਹਾਡੀ ਗਵਾਹੀ ਅਤੇ ਸ਼ਨਾਖਤ ਤੋਂ ਬਗੈਰ ਅਸੀਂ ਇਹਨਾਂ 'ਤੇ ਕੇਸ ਦਰਜ ਨਹੀਂ ਕਰ ਸਕਦੇ। ਸਵਾਇਆ ਸਿੰਘ ਆਖਣ ਲੱਗਾ, ਭਾਈ ਮੈਂ ਤਾਂ ਲਗਾਤਾਰ ਆਖੀ ਜਾ ਰਿਹਾ ਹਾਂ ਕਿ ਇਹ ਚੋਰ ਨਹੀਂ ਹਨ, ਇਹਨਾਂ ਨੂੰ ਛੱਡ ਦਿਓ। ਇੰਨਾ ਆਖ ਕੇ ਉਹ ਵਾਪਸ ਆਪਣੇ ਕਾਫਲੇ ਵੱਲ ਆ ਗਿਆ। ਚੋਰਾਂ ਨੂੰ ਰਿਹਾ ਕਰਵਾ ਕੇ ਵਾਪਸ ਆ ਰਹੇ ਸਵਾਇਆ ਸਿੰਘ ਦੇ ਨਾਲ ਹੀ ਬਾਕੀ ਸੰਗੀ ਸਾਥੀ ਅਤੇ ਸ਼ਿਕਾਇਤ ਕਰਤਾ ਵੀ ਵਾਪਸ ਆ ਗਏ। ਟਿਕਾਣੇ ਸਿਰ ਪਹੁੰਚ ਕੇ ਸਾਰੇ ਜਣੇ ਲੱਗੇ ਗੁੱਸਾ ਝਾੜਨ, ਭਾਈ ਜੀ ਤੁਸੀਂ ਚੰਗਾ ਨਹੀਂ ਕੀਤਾ ਜੋ ਚੋਰ ਛਡਵਾ ਦਿੱਤੇ। ਤੁਹਾਡਾ ਆਪਣਾ ਕੋਈ ਸਮਾਨ ਚੋਰੀ ਨਹੀਂ ਹੋਇਆ ਹੋਣਾ, ਜਿਨ੍ਹਾਂ ਦਾ ਚੋਰੀ ਹੋਇਆ ਹੈ ਦੁੱਖ ਤਾਂ ਉਹਨਾਂ ਨੂੰ ਹੋਇਆ ਕਰਦਾ ਹੈ। ਤੁਸੀਂ ਆਪਣਾ ਸਮਾਨ ਨਾ ਲੈਂਦੇ ਭਾਵੇਂ ਸਾਡਾ ਤਾਂ ਦਵਾ ਦਿੰਦੇ, ਨਾਲੇ ਚੋਰਾਂ ਨਾਲ ਕਾਹਦੀ ਲਿਹਾਜ਼, ਸਗੋਂ ਕਰਾਰੀ ਸਜ਼ਾ ਮਿਲਣੀ ਚਾਹੀਦੀ ਆ ਇਹਨਾਂ ਨੂੰ। ਭਾਈ ਸਵਾਇਆ ਸਿੰਘ ਬੜੇ ਠਰੰਮੇ ਅਤੇ ਗੰਭੀਰਤਾ ਵਿੱਚ ਸਾਰਿਆਂ ਨੂੰ ਸੰਬੋਧਨ ਕਰਕੇ ਆਖਣ ਲੱਗੇ, ਮੇਰੇ ਪਿਆਰੇ ਵੀਰੋ, ਤੁਸੀਂ ਸਾਰੇ ਸਿੱਖ ਸਾਧੂ ਜਾਂ ਸਿੱਖ ਸੰਤ ਬਣੇ ਹੋਏ ਹੋ। ਲੋਕਾਈ ਦੀ ਸੇਵਾ ਕਰਨਾ ਤੁਸੀਂ ਆਪਣੀ ਜ਼ਿੰਦਗੀ ਦਾ ਟੀਚਾ ਮਿੱਥਿਆ ਹੈ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਸੀਂ ਪਖੰਡੀ ਸਾਧ ਹੋ, ਸੇਵਾ ਦਾ ਟਕਵੰਜ ਕਰਦੇ ਹੋ, ਸਿਮਰਨ ਦਾ ਪਖੰਡ ਕਰਦੇ ਹੋ, ਬਾਣੀ ਪੜ੍ਹਨ ਦਾ ਪ੍ਰਪੰਚ ਕਰਦੇ ਹੋ। ਅਸਲ ਵਿੱਚ ਤੁਸੀਂ ਭਟਕੇ ਹੋਏ ਇਨਸਾਨ ਹੋ, ਨਾ ਤੁਸੀਂ ਗ੍ਰਸਤੀ ਬਣ ਸਕੇ ਨਾ ਤਿਆਗੀ ਬਣ ਸਕੇ। ਸਾਧ ਬਣ ਕੇ ਘਰੋਂ ਨਿਕਲ ਪਏ ਪਰ ਅਜੇ ਵੀ ਤੁਹਾਨੂੰ ਕੋਈ ਸਾਧ ਕੋਈ ਚੋਰ ਨਜ਼ਰ ਆਉਂਦਾ ਹੈ। ਅਜੇ ਵੀ ਦੁੱਖ ਸੁੱਖ ਵਿੱਚ ਤੁਸੀਂ ਗੋਤੇ ਖਾ ਰਹੇ ਹੋ। ਅਜੇ ਵੀ ਆਪਣੀ ਅਤੇ ਪਰਾਈ ਵਸਤੂ ਤੁਹਾਨੂੰ ਨਜ਼ਰ ਆਉਂਦੀ ਹੈ। ਅਜੇ ਵੀ ਅੰਦਰ ਮੋਹ ਮਾਇਆ ਦੀ ਪਕੜ ਹੈ। ਜੋ ਸਮਾਨ ਤੁਹਾਡਾ ਚੋਰੀ ਹੋ ਗਿਆ ਹੈ, ਦੱਸੋ ਤੁਸੀਂ ਕਿੰਨੇ ਕਿੰਨੇ ਰੁਪਏ ਖਰਚ ਕੇ ਖਰੀਦਿਆ ਸੀ? ਤੁਸੀਂ ਲੋਕਾਂ ਦਾ ਦਿੱਤਾ ਖਾਂਦੇ ਹੋ, ਦੂਜਿਆਂ ਨੂੰ ਚੋਰ ਆਖ ਕੇ ਫਾਹੇ ਲਾਉਣਾ ਚਾਹੁੰਦੇ ਹੋ? ਆਹ ਕੱਪੜਾ ਲੀੜਾ ਧਨ ਪਦਾਰਥ ਸੰਗਤਾਂ ਵੱਲੋਂ ਲੋੜਵੰਦਾਂ ਵਿੱਚ ਵੰਡਣ ਲਈ ਆਇਆ ਸੀ। ਤੁਸੀਂ ਸਾਰਾ ਸਮਾਨ ਵੰਡਿਆ ਨਹੀਂ, ਵਿੱਚੋਂ ਚੁਣ ਕੇ ਵਧੀਆ ਚੀਜ਼ਾਂ ਆਪਣੇ ਕੋਲ ਰੱਖ ਲਈਆਂ। ਤੁਸੀਂ ਭਲੇ ਮਾਣਸ ਬਣੇ ਫਿਰਦੇ ਹੋ, ਉਹ ਵਿਚਾਰੇ ਚੋਰ ਬਣਾ ਧਰੇ, ਤੁਸੀਂ ਉਹਨਾਂ ਨਾਲੋਂ ਖਤਰਨਾਕ ਚੋਰ ਹੋ। ਗੁਰੂ ਕੇ ਚੋਰ, ਤੁਸੀਂ ਸੰਗਤਾਂ ਦੇ ਚੋਰ, ਤੁਸੀਂ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਜਾਓ। ਪਹਿਲਾਂ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲੋ, ਮਿਹਨਤ ਕਰਕੇ ਬੱਚਿਆਂ ਦੀ ਪਾਲਣਾ ਕਰੋ। ਤੁਸੀਂ ਸਾਧ ਤਾਂ ਕੀ ਬਣਨਾ ਸੀ, ਚੰਗੇ ਗ੍ਰਸਤੀ ਵੀ ਨਹੀਂ ਬਣ ਸਕੇ। ਉਸੇ ਤਰ੍ਹਾਂ ਲੋਭ, ਲਾਲਚ, ਈਰਖਾ, ਨਿੰਦਿਆ, ਗੁੱਸਾ ਆਦਿ ਸਾਰੇ ਔਗੁਣਾਂ ਨਾਲ ਹੀ ਤੁਸੀਂ ਚੁੱਕੀ ਫਿਰ ਰਹੇ ਹੋ। ਕਿਰਪਾ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਓ। ਤੁਹਾਡੇ ਵਰਗੇ ਪਖੰਡੀ ਸਾਧਾਂ ਦੀ ਮੈਨੂੰ ਨਾ ਗੁਰੂ ਕੀਆਂ ਸੰਗਤਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਮਹੀਨੇ ਕੁ ਮਗਰੋਂ ਉਹ ਚਾਰੇ ਚੋਰ ਪੁੱਛਦੇ ਪਛਾਂਦੇ ਅੰਮ੍ਰਿਤਸਰ ਵਿਖੇ ਭਾਈ ਸਵਾਇਆ ਸਿੰਘ ਅੱਗੇ ਹੱਥ ਜੋੜ ਕੇ ਸੀਸ ਝੁਕਾ ਕੇ ਆ ਹਾਜ਼ਰ ਹੋਏ। ਕੀਤੇ ਦਾ ਪਛਤਾਵਾ ਕੀਤਾ, ਵਾਰ ਵਾਰ ਮੁਆਫ਼ੀ ਮੰਗੀ, ਅੱਗੇ ਲਈ ਸਦਾ ਵਾਸਤੇ ਅਜਿਹੇ ਪਾਪ ਕਰਮ ਕਰਨ ਤੋਂ ਤੋਬਾ ਕੀਤੀ। ਕਬੀਰ, ਜੋ ਗ੍ਰਹਿ ਕਰੈਂ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾਂ ਕੋ ਬੜੋ ਅਭਾਗ। ਕਬੀਰ, ਜੋ ਗ੍ਰਹਿ ਕਰੈਂ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ
ਬੰਧਨ ਕਰੈ ਤਾਂ ਕੋ ਬੜੋ ਅਭਾਗ। ਪੰਨਾ 1377। ਭੁੱਲ ਚੁੱਕ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।